ਹਾਈ ਐਵਰੀਵਨ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਇਸ ਚੈਨਲ 'ਤੇ। ਕੁਛ ਜ਼ਰੂਰੀ ਨੋਟੀਫਿਕੇਸ਼ਨਸ ਨੇ ਜੀ ਤੁਹਾਡੇ ਲਈ ਰਿਗਾਰਡਿੰਗ ਐਗਜ਼ਾਮ ਡੇਟਸ। ਜਿੰਨੇ ਵੀ ਐਗਜ਼ਾਮਸ ਜੋ ਸੀ ਤੁਹਾਡੇ ਮਾਰਚ ਦੇ ਵਿੱਚ ਹੋਣੇ ਸੀ, ਸਾਰੇ ਉਹ ਰੀਸ਼ਡਿਊਲਡ ਹੋ ਚੁੱਕੇ ਨੇ ਅਤੇ ਉਹਨਾਂ ਦੀਆਂ ਡੇਟਸ ਵਗੈਰਾ ਜੋ ਨੇ ਉਹ ਆ ਚੁੱਕੀਆਂ ਨੇ। ਸੋ ਵਨ ਬਾਏ ਵਨ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਾਂਗੀ, ਅਤੇ ਉਸ ਦੇ ਨਾਲ ਨਾਲ ਜੀ ਮਾਸਟਰ ਕੈਡਰ ਦੇ ਰਿਗਾਰਡਿੰਗ ਵੀ ਕੁਛ ਜ਼ਰੂਰੀ ਇਨਫੋਰਮੇਸ਼ਨ ਹੈ। ਜਿਵੇਂ ਕਿ ਉਮੀਦ ਸੀ ਕਿ ਇਹਦੀ ਡੇਟ ਜੋ ਹੈ ਪੋਸਟਪੋਨ ਕਰ ਦਿੱਤੀ ਜਾਏਗੀ, ਤਾਂ ਉਹਦਾ ਨੋਟਿਸ ਵੀ ਆ ਚੁੱਕਿਆ ਹੈ। ਅਤੇ ਉਸ ਦੇ ਨਾਲ ਨਾਲ ਜੀ ਫੀ ਕਨਫਰਮੇਸ਼ਨ ਦਾ ਜੋ ਨੋਟਿਸ ਹੈ ਉਹ ਵੀ ਆਇਆ ਹੈ ਸਾਈਟ 'ਤੇ, ਅਤੇ ਆਪਾਂ ਸਾਰਾ ਕੁਛ ਡਿਸਕਸ ਕਰਾਂਗੇ ਇਹਦੇ ਵਿੱਚ। ਅਤੇ 10th 12th ਦੇ ਐਗਜ਼ਾਮ ਦੀਆਂ ਡੇਟਸ ਜੋ ਨੇ ਉਹ ਵੀ ਆ ਚੁੱਕੀਆਂ ਨੇ ਦੁਬਾਰਾ ਤੋਂ ਕਿ ਐਗਜ਼ਾਮ ਕਦੋਂ ਤੋਂ ਹੋਣਗੇ। ਸੋ ਹੋਪ ਕਰਦੇ ਹਾਂ ਕਿ ਜੀ ਤੁਹਾਡੇ ਸਾਰਿਆਂ ਦੇ ਲਈ ਇਹ ਵੀਡੀਓ ਯੂਜ਼ਫੁੱਲ ਹੋਏਗੀ। ਸਭ ਤੋਂ ਪਹਿਲਾਂ ਜੀ ਗੱਲ ਕਰਦੇ ਹਾਂ ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਚੇਂਜਿਸ ਆਏ ਨੇ ਰੇਟਸ ਦੇ ਵਿੱਚ, ਤਾਂ 5ਵੀਂ 10ਵੀਂ ਅਤੇ 12ਵੀਂ ਦੀ ਲਿਖਤੀ ਰਿਵਾਈਜ਼ਡ ਡੇਟ ਸ਼ੀਟ ਜੋ ਹੈ ਉਹ ਵੀ ਆ ਚੁੱਕੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਵਾਇਰਸ ਦੇ ਚੱਲਦੇ ਆ 5ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਮਿਤੀ 20 ਮਾਰਚ ਤੋਂ 31 ਮਾਰਚ ਤੱਕ ਹੋਣ ਵਾਲੀ ਸਾਲਾਨਾ ਪ੍ਰੀਖਿਆ ਮੁਲਤਵੀ ਕੀਤੀ ਗਈ ਸੀ। ਸੋ ਹੁਣ ਸਮੁੱਚੀ ਡੇਟ ਸ਼ੀਟ ਜੋ ਹੈ ਜੀ ਉਹਦੇ ਵਿੱਚ ਚੇਂਜਿਸ ਕਰਕੇ ਇਹਨਾਂ ਨੇ 5th ਕਲਾਸ ਦੀ ਜੋ ਐਗਜ਼ਾਮਸ ਨੇ ਉਹ 1st ਅਪ੍ਰੈਲ ਤੋਂ ਲੈ ਕੇ 3rd ਅਪ੍ਰੈਲ ਤੱਕ, ਅਤੇ 10th ਕਲਾਸ ਦੇ ਐਗਜ਼ਾਮਸ ਜੋ ਨੇ ਉਹ 3rd ਅਪ੍ਰੈਲ ਤੋਂ ਲੈ ਕੇ 23rd ਅਪ੍ਰੈਲ ਤੱਕ, ਅਤੇ ਪਲੱਸ 2 ਦੇ ਐਗਜ਼ਾਮਸ ਜੋ ਨੇ ਉਹ ਵੀ ਜੀ 3rd ਅਪ੍ਰੈਲ ਤੋਂ ਲੈ ਕੇ 18th ਅਪ੍ਰੈਲ ਤੱਕ ਹੋਣਗੇ। ਅਤੇ ਪਹਿਲਾਂ ਤੋਂ ਜੋ ਨਿਰਧਾਰਿਤ ਇਹਨਾਂ ਦੇ ਐਗਜ਼ਾਮੀਨੇਸ਼ਨ ਸੈਂਟਰ ਸੀਗੇ ਉਹਨਾਂ ਹੀ ਸੈਂਟਰਸ 'ਤੇ ਹੋਣੇ, ਸੈਂਟਰਸ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ। ਅਤੇ ਇਹਨਾਂ ਪ੍ਰੀਖਿਆਵਾਂ ਦੀ ਪ੍ਰਯੋਗੀ ਪ੍ਰੀਖਿਆ ਸੰਬੰਧੀ ਸ਼ਡਿਊਲ ਜੋ ਹੈ ਉਹ ਲੇਟਰ ਔਨ ਇਸ਼ੂ ਕਰ ਦਿੱਤਾ ਜਾਏਗਾ ਬੋਰਡ ਦੇ ਵੱਲੋਂ। ਅਤੇ ਰਿਵਾਈਜ਼ਡ ਡੇਟ ਸ਼ੀਟ ਜੋ ਹੈ ਜੀ ਰਿਗਾਰਡਿੰਗ ਐਗਜ਼ਾਮ ਕਿ ਕਿਸ ਡੇਟ ਨੂੰ ਕਿਹੜਾ ਐਗਜ਼ਾਮ ਹੋਣਾ ਹੈ ਅਤੇ ਹੋਰ ਜਿੰਨੀ ਵੀ ਇਹਦੇ ਨਾਲ ਰਿਲੇਟਡ ਜਾਣਕਾਰੀ ਹੈ ਉਹ ਸਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਅਵੇਲੇਬਲ ਹੈ। ਸੋ ਜੋ ਵੀ ਇੰਟਰਸਟਡ ਨੇ ਜੀ, ਜਾਂ ਜਿਨ੍ਹਾਂ ਦੇ ਵੀ ਸਿਬਲਿੰਗਸ ਜਾਂ ਜਿਨ੍ਹਾਂ ਦੇ ਵੀ ਰਿਲੇਟਿਵਸ ਜੋ ਨੇ ਉਹ ਇਹਨਾਂ ਕਲਾਸਿਸ ਦੇ ਵਿੱਚ ਨੇ, ਤਾਂ ਉਹ ਜੀ ਉੱਥੇ ਜਾ ਕੇ ਆਪਣੀ ਇਨਫੋਰਮੇਸ਼ਨ ਜੋ ਹੈ ਉਹ ਦੇਖ ਸਕਦੇ ਨੇ। ਅਤੇ ਹਲੇ ਵੀ ਜੀ ਚਾਂਸਿਸ ਕਾਫੀ ਜ਼ਿਆਦਾ ਨੇ ਕਿ 1st ਅਤੇ 3rd ਅਪ੍ਰੈਲ ਨੂੰ ਵੀ ਪੇਪਰ ਨਹੀਂ ਹੋਣਗੇ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਸੋ ਕਾਫੀ ਜ਼ਿਆਦਾ ਚਾਂਸਿਸ ਨੇ ਕਿ ਐਗਜ਼ਾਮਸ ਫਿਰ ਤੋਂ ਇਹ ਚੇਂਜ ਕਰਨਗੇ। ਬਟ ਸਟਿਲ ਹੁਣ ਦੇ ਲਈ ਇਹਨਾਂ ਨੇ ਜੋ ਹੈ ਨਵਾਂ ਸ਼ਡਿਊਲ ਕੱਢ ਦਿੱਤਾ। ਸੋ ਜੀ ਸਾਰੀਆਂ ਨਵੀਆਂ ਡੇਟ ਸ਼ੀਟਸ ਜੋ ਨੇ ਇਹਨਾਂ ਦੀ ਵੈਬਸਾਈਟ 'ਤੇ ਆ ਚੁੱਕੀਆਂ ਨੇ ਅਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਉਸ ਤੋਂ ਬਾਅਦ ਜੀ ਗੱਲ ਕਰਦੇ ਹਾਂ ਮਾਸਟਰ ਕੈਡਰ ਟੀਚਰਸ ਦੀ, ਜਿਨ੍ਹਾਂ ਨੇ ਵੀ ਆਪਣੀ ਫੀ ਡਿਪੋਜ਼ਿਟ ਕਰਾਈ ਸੀ ਅਤੇ ਹਲੇ ਕਨਫਰਮ ਨਹੀਂ ਸੀ ਹੋ ਰਹੀ ਕਿਉਂਕਿ ਕਾਫੀ ਟਾਈਮ ਲੱਗ ਰਿਹਾ ਸੀ ਇਹਨਾਂ ਨੂੰ, ਤਾਂ ਜੀ ਉਹਨਾਂ ਸਾਰਿਆਂ ਦੀ ਫੀ ਜੋ ਹੈ ਉਹ ਮੋਸਟਲੀ ਕਨਫਰਮ ਹੋ ਚੁੱਕੀ ਹੈ। ਤੁਸੀਂ ਆਪਣੀ ਈਮੇਲ ਆਈਡੀ ਜੋ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਮਿਲਿਆ ਇੱਧਰ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਲੌਗਇਨ ਫੋਰ ਰਜਿਸਟਰਡ ਯੂਜ਼ਰਸ, ਉੱਥੇ ਜਾ ਕੇ ਚੈੱਕ ਕਰ ਸਕਦੇ ਹੋ, ਤੁਹਾਨੂੰ ਆਪਣਾ ਜੋ ਸਟੇਟਸ ਹੈ ਉਹ ਪਤਾ ਲੱਗ ਜਾਏਗਾ। ਬਟ ਅਗਰ ਤੁਹਾਨੂੰ ਕੋਈ ਵੀ ਹਲੇ ਵੀ ਇਸ਼ੂ ਆਉਂਦਾ ਹੈ, ਇਫ ਐਨੀ ਆਫ ਦ ਕੈਂਡੀਡੇਟਸ ਹੈਵ ਪੇਮੈਂਟ ਰਿਲੇਟਡ ਇਸ਼ੂ, ਦੈਨ ਸੈਂਡ ਕਾਪੀ ਆਫ ਬੈਂਕ ਚਲਾਨ, ਤਾਂ ਤੁਸੀਂ ਆਪਣੇ ਬੈਂਕ ਚਲਾਨ ਦੀ ਕਾਪੀ ਜੋ ਹੈ ਉਹ ਚਲਾਨ @punjabeducation.gov.in ਦੀ ਮੇਲ ਆਈ ਡੀ 'ਤੇ ਭੇਜਣੀ ਹੈ। ਸੋ ਜੀ ਜਿਨ੍ਹਾਂ ਨੂੰ ਇਸ਼ੂ ਹਲੇ ਵੀ ਆ ਰਿਹਾ, ਪਹਿਲਾਂ ਤਾਂ ਆਪਣੀ ਤੁਸੀਂ ਇੱਥੇ ਲੌਗਇਨ ਕਰਕੇ ਚੈੱਕ ਕਰੋ, ਅਗਰ ਤੁਹਾਡਾ ਸਟੇਟਸ ਹਲੇ ਵੀ ਉਹਨਾਂ ਨੇ ਅਪਡੇਟ ਨਹੀਂ ਕੀਤਾ, ਫੀ ਨਹੀਂ ਕਨਫਰਮ ਕੀਤੀ, ਤਾਂ ਤੁਸੀਂ ਆਪਣਾ ਜੋ ਹੈ ਬੈਂਕ ਚਲਾਨ ਦੀ ਕਾਪੀ ਇਹਨਾਂ ਦੀ ਇਹ ਵਾਲੀ ਆਈ ਡੀ 'ਤੇ ਸੈਂਡ ਕਰ ਸਕਦੇ ਹੋ ਅਤੇ ਤੁਹਾਡੇ ਸਾਰੇ ਬਣਦੇ ਚੇਂਜਿਸ ਜੋ ਨੇ ਉਹ ਕੀਤੇ ਜਾਣਗੇ। ਅਤੇ ਸਿਮਿਲਰ ਇਜ਼ ਇਨ ਦਾ ਕੇਸ ਆਫ ETT, ਉਹ ਵੀ ਆਪਣੇ ਜੋ ਹੈ ਸਟੇਟਸ ਇੱਦਾਂ ਚੈੱਕ ਕਰ ਸਕਦੇ ਨੇ। ਅਤੇ ਹੁਣ ਜੀ ਗੱਲ ਕਰਦੇ ਹਾਂ ਇਹਨਾਂ ਦੀ ਡੇਟਸ ਦੇ ਰਿਗਾਰਡਿੰਗ, ਮਾਸਟਰ ਕੈਡਰ ਦੀ ਡੇਟ ਜੋ ਹੈ ਉਹ ਵੀ ਪੋਸਟਪੋਨ ਕੀਤੀ ਜਾ ਚੁੱਕੀ ਹੈ ਮੋਸਟ ਪ੍ਰੋਬੇਬਲੀ, ਤਾਂ ਕਿਉਂਕਿ ਨੋਟਿਸ ਆ ਚੁੱਕਿਆ ਹੈ ਉਹਦਾ ਵੀ, ਸੋ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਸੋ ਜੀ ਇਹ ਨੋਟਿਸ ਜੋ ਤੁਸੀਂ ਦੇਖ ਰਹੇ ਹੋ ਇਹ ਅੱਜ ਦੀ ਡੇਟ ਦਾ ਹੈ। ਔਨ ਦਾ ਆਸਕਿੰਗ ਆਫ ਕੋਰਟ, ਮਿਸਟਰ ਮੇਹਰਦੇਵ ਸਿੰਘ, ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਐਕਸੈਪਟ ਦਾ ਨੋਟਿਸ ਔਨ ਬਿਹਾਫ ਆਫ ਦ ਸਟੇਟ ਐਂਡ ਮਿਸਟਰ ਜਗਮੋਹਨ ਸਿੰਘ। ਅਤੇ ਇਹਦੇ ਵਿੱਚ ਜੀ ਹੁਣ ਨੀਚੇ ਤੁਸੀਂ ਸੈਕਿੰਡ ਪੈਰਾਗ੍ਰਾਫ 'ਚ ਦੇਖੋ, ਇਹਨਾਂ ਨੇ ਕਲੀਅਰ ਕਰ ਦਿੱਤਾ, ਇਟ ਹੈਜ਼ ਬੀਨ ਬਰੋਟ ਟੂ ਦ ਨੋਟਿਸ ਆਫ ਦ ਕੋਰਟ ਦੈਟ ਦ ਸਬਜੈਕਟ ਟੈਸਟ ਫੋਰ ਦ ਪੋਸਟ ਵਿਚ ਹੈਵ ਬੀਨ ਐਡਵਰਟਾਈਜ਼ਡ ਆਰ ਸਟੇਟਡ ਫੋਰ 28th March 2020, ਕਿ ਜਿਵੇਂ ਵੀ ਇਹਨਾਂ ਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਪੇਪਰ ਹੋਣ ਜਾ ਰਿਹਾ 28th March ਨੂੰ PSTET 1 ਅਤੇ 29th March ਨੂੰ 2020 ਨੂੰ PSTET 2 ਦਾ ਪੇਪਰ ਹੋਣਾ ਸੀ, ਐਟ ਦਿਸ ਸਟੇਜ ਕਾਊਂਸਲ ਆਫ ਫੋਰ ਦ ਸਟੇਟ ਔਨ ਇੰਸਟਰਕਸ਼ਨਸ ਫਰੋਮ ਮਿਸਟਰ ਤੀਰਥ ਰਾਮ, ਲੀਗਲ ਅਸਿਸਟੈਂਟ ਦੀ ਇੰਸਟਰਕਸ਼ਨਸ ਅਤੇ ਐਜੂਕੇਸ਼ਨ ਡਿਪਾਰਟਮੈਂਟ ਦੇ, ਪੰਜਾਬ ਸਬਮਿਟਸ ਦੈਟ ਦ ਡੇਟਸ ਆਫ ਸਬਜੈਕਟ ਟੈਸਟ ਫੋਰ ਦ ਪੋਸਟ ਇਨ ਕੁਐਸ਼ਨਸ ਹੈਵ ਬੀਨ ਪੋਸਟਪੋਨਡ, ਤਾਂ ਜੀ ਉਹ ਪੋਸਟਪੋਨ ਕਰ ਦਿੱਤੀਆਂ ਜਾ ਚੁੱਕੀਆਂ ਨੇ। ਅਤੇ ਡੇਟਸ ਕੀ ਹੋ ਚੁੱਕੀਆਂ ਨੇ, ਜੋ ਪੇਪਰ 1 ETT ਵਾਲਿਆਂ ਦਾ ਪੇਪਰ ਹੋਣਾ ਉਹ ਹੁਣ ਹੋਏਗਾ ਜੀ 25 ਅਪ੍ਰੈਲ ਨੂੰ,
ਅਤੇ ਮਾਸਟਰ ਕੈਡਰ ਵਾਲੇ ਜੋ ਕੈਂਡੀਡੇਟਸ ਨੇ ਉਹਨਾਂ ਦਾ ਪੇਪਰ ਜੀ ਹੋਣਾ ਹੈ ਹੁਣ 26 ਅਪ੍ਰੈਲ ਨੂੰ, ਅਤੇ ਕੀਪਿੰਗ ਇਨ ਵਿਊ ਦ ਪਿਕਿਊਲੀਅਰ ਸਰਕਮਸਟਾਂਸਿਸ ਵਿਚ ਆਰ ਬੀਇੰਗ ਫੇਸਡ ਵਿਦ ਬਾਏ ਦ ਕੰਟਰੀ ਰਾਦਰ ਦ ਵਰਲਡ ਐਜ਼ ਅ ਹੋਲ, ਇਟ ਵੁੱਡ ਬੀ ਐਪਰੋਪ੍ਰੀਏਟ ਫੋਰ ਦ ਪ੍ਰਿੰਸੀਪਲ ਸੈਕਰੇਟਰੀ ਕਿ ਇਹਨਾਂ ਲਈ ਵਧੀਆ ਹੈ ਕਿ ਜਿੰਨੇ ਵੀ ਜਿਵੇਂ ਦੇ ਵੀ ਹਾਲਾਤ ਚੱਲ ਰਹੇ ਨੇ, ਇੱਕ ਤਾਂ ਇਹ ਐਗਜ਼ਾਮ ਦੀ ਡੇਟ ਜੋ ਹੈ ਉਹਨੂੰ ਪੋਸਟਪੋਨ ਕਰ ਦੇਣ, ਐਂਡ ਸੈਕਿੰਡਲੀ ਇਹਨਾਂ ਨੇ ਜੀ ਇੱਥੇ ਇੱਕ ਹੋਰ ਪੁਆਇੰਟ ਦਿੱਤਾ, ਟੂ ਟੇਕ ਅ ਡਿਸੀਜਨ ਟੂ ਐਕਸਟੈਂਡ ਦ ਲਾਸਟ ਡੇਟ ਫੋਰ ਰਿਸੀਟ ਆਫ ਐਪਲੀਕੇਸ਼ਨਸ ਫੋਰ ਅਪੁਆਇੰਟਮੈਂਟ ਇਨ ਪਰਸੂਇੰਸ ਆਫ ਦ ਐਡਵਰਟੀਜ਼ਮੈਂਟ ਡੇਟਡ 28/2020, ਕਿ ਇਹਦੇ ਨਾਲ ਨਾਲ ਕਿ ਜੋ ਵੀ ਇਹਨਾਂ ਨੇ ਆਈ ਗੈਸ ਨੋਟਿਸ ਆਇਆ ਸੀਗਾ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਜੋ ਰਿਟ ਪਟੀਸ਼ਨਰਸ ਨੇ ਉਹ ਆਪਣੀਆਂ ਔਫਲਾਈਨ ਅਰਜ਼ੀਆਂ ਹੀ ਜੋ ਹੈ ਜਮ੍ਹਾਂ ਕਰਵਾਉਣਗੇ, ਉਹਨਾਂ ਤੋਂ ਔਨਲਾਈਨ ਜੋ ਹੈ ਐਪਲੀਕੇਸ਼ਨਸ ਨਹੀਂ ਲਈਆਂ ਜਾਣਗੀਆਂ। ਤਾਂ ਜੀ ਹੁਣ ਇਹਨਾਂ ਨੇ ਕਿਹਾ ਕਿ ਉਹਦੀ ਵੀ ਡੇਟ ਐਕਸਟੈਂਡ ਕਰੋ ਕਿ ਤਾਂ ਕਿ ਲੋਕ ਜੋ ਨੇ ਉਹ ਆਪਣੇ ਘਰਾਂ ਤੋਂ ਬਾਹਰ ਨਾ ਆਉਣ ਕਰੋਨਾ ਵਾਇਰਸ ਕਰਕੇ, ਸ਼ਾਇਦ ਉਹ ਕਹਿ ਰਹੇ ਨੇ, ਅਤੇ ਇਸ ਬੈਟਰ ਹੈ ਕਿ ਉਹ ਕਿਸੇ ਵੀ ਪਬਲਿਕ ਪਲੇਸਿਸ 'ਤੇ ਨਾ ਜਾਣ ਅਤੇ ਉਹਨਾਂ ਨੂੰ ਐਂਪਲ ਟਾਈਮ ਦਿਉ ਕਿ ਆਪਣੀਆਂ ਜੋ ਐਪਲੀਕੇਸ਼ਨਸ ਨੇ ਸਬਮਿਟ ਕਰ ਸਕਣ। ਸੋ ਜੀ ਇਹਨਾਂ ਨੇ ਦੋ ਪੁਆਇੰਟਸ ਰੱਖੇ ਨੇ ਕਿ ਇੱਕ ਤਾਂ ਡੇਟਸ ਜੋ ਨੇ ਉਹ 25 ਅਤੇ 26 ਅਪ੍ਰੈਲ ਨੂੰ ਕਰ ਦਿੱਤੀਆਂ ਗਈਆਂ ਨੇ, ਦੂਸਰਾ ਇਹਨਾਂ ਨੇ ਕਿਹਾ ਕਿ ਜਿਹੜੀ ਔਫਲਾਈਨ ਐਪਲੀਕੇਸ਼ਨਸ ਹੁਣ ਜਿਹੜੀਆਂ ਰਿਟ ਪਟੀਸ਼ਨਰਸ ਤੋਂ ਮੰਗਵਾਈਆਂ ਸੀਗੀਆਂ ਉਹਨਾਂ ਲਈ ਵੀ ਡੇਟ ਐਕਸਟੈਂਡ ਕਰ ਦਿਉ, 31 ਮਾਰਚ ਤੋਂ ਉਹਨਾਂ ਨੇ ਕਿਹਾ ਕਿ ਡੇਟ ਬਾਅਦ ਦੀ ਰੱਖ ਦਿਉ ਤਾਂ ਕਿ ਕੈਂਡੀਡੇਟਸ ਜੋ ਨੇ ਉਹ ਪ੍ਰੋਪਰਲੀ ਆਪਣੀ ਐਪਲੀਕੇਸ਼ਨਸ ਦੇ ਪਾਉਣ ਅਤੇ ਕੋਈ ਵੀ ਕਿਤੇ ਵੀ ਜ਼ਿਆਦਾ ਜਿਵੇਂ ਮੈਸ ਨਾ ਕ੍ਰੀਏਟ ਹੋਵੇ। ਫੋਰ ਇਗਜ਼ਾਮਪਲ ਜਿਵੇਂ ਇਹਨਾਂ ਨੇ ਔਫਿਸ 'ਚ ਮੰਗਾਈਆਂ ਸੀਗੀਆਂ ਔਫਲਾਈਨ ਅਰਜ਼ੀਆਂ, ਤਾਂ ਮਤਲਬ ਇਹਨਾਂ ਦਾ ਮਕਸਦ ਇਹੀ ਹੈ ਕਿ ਲੋਕ ਕਿਤੇ ਵੀ ਕਰਾਊਡ ਨਾ ਕਰਨ, ਕਿਉਂਕਿ 20 ਤੋਂ ਜ਼ਿਆਦਾ ਇਹਨਾਂ ਨੇ ਡਿਨਾਈ ਕੀਤਾ ਹੋਇਆ ਲੋਕਾਂ ਦਾ ਇਕੱਠੇ ਹੋਣਾ। ਸੋ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਜ ਦਾ ਨੋਟਿਸ ਹੈ 20 ਮਾਰਚ 2020 ਦਾ। ਸੋ ਇਹਦੇ ਨਾਲ ਮਤਲਬ ਜਿੰਨਾ ਵੀ ਜੋ ਵੀ ਚੇਂਜਿਸ ਆਉਣੇ ਹੋਏ ਸਾਈਟ 'ਤੇ ਉਹ ਕੱਲ੍ਹ ਮੋਰਨਿੰਗ ਤੱਕ ਅਪਡੇਟ ਹੋਣਗੇ, ਅਤੇ ਸਾਈਟ 'ਤੇ ਵੀ ਇਹ ਨੋਟਿਸ ਜਲਦ ਹੀ ਅਪਡੇਟ ਕਰਨਗੇ, ਕਿਉਂਕਿ ਵੈਸੇ ਵੀ 31 ਮਾਰਚ ਤੱਕ ਕੋਈ ਵੀ ਐਗਜ਼ਾਮ ਨਹੀਂ ਹੋਣਾ, ਜਿੰਨੇ ਵੀ ਐਗਜ਼ਾਮ ਹੋਣੇ ਨੇ ਮਾਰਚ ਤੋਂ ਬਾਅਦ ਹੋਣੇ ਨੇ। ਸੋ ਪਹਿਲਾਂ ਹੀ ਜਿਵੇਂ ਮੈਂ ਪਹਿਲਾਂ ਵੀ ਇੱਕ ਦਿਨ ਨੋਟਿਸ ਪਾਇਆ ਸੀ ਕਿ ਚਾਂਸਿਸ ਬਹੁਤ ਜ਼ਿਆਦਾ ਨੇ ਕਿ ਇਹਦਾ ਐਗਜ਼ਾਮ ਜੋ ਹੈ ਅਪ੍ਰੈਲ ਦੇ ਵਿੱਚ ਹੋਏਗਾ। ਸੋ ਜੀ ਹੁਣ 1 ਮਹੀਨਾ ਪੂਰਾ ਐਕਸਟੈਂਡ ਕਰ ਦਿੱਤਾ ਇਹਨਾਂ ਨੇ, ਅਤੇ ਤੁਹਾਡੇ ਕੋਲ ਵੀ ਐਂਪਲ ਟਾਈਮ ਹੈ ਤਿਆਰੀ ਦਾ, ਅਤੇ ਆਪਣੀ ਤਿਆਰੀ ਜੋ ਹੈ ਹੋਰ ਅੱਛੀ ਤਰ੍ਹਾਂ ਕਰੋ, ਤੁਹਾਨੂੰ ਬਹੁਤ ਇਨਫ ਟਾਈਮ ਮਿਲ ਚੁੱਕਿਆ ਹੁਣ ਇਹਦੇ ਲਈ। ਅਤੇ ਨੋਟਸ ਵਗੈਰਾ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਹੈ ਜੀ, ਤਾਂ punjabexamsjunction@gmail.com 'ਤੇ ਤੁਸੀਂ ਆਪਣੇ ਨੋਟਸ ਜੋ ਨੇ ਉਹ ਮੰਗਵਾ ਸਕਦੇ ਹੋ, ਅਤੇ ਸਬਜੈਕਟਸ ਹੁਣ ਸਾਰੇ ਅਵੇਲੇਬਲ ਨੇ ਇੰਗਲਿਸ਼ ਹਿੰਦੀ ਦੇ ਖਾਸ ਕਰਕੇ, ਤਾਂ ਜਿਨ੍ਹਾਂ ਨੂੰ ਵੀ ਚਾਹੀਦੇ ਹੋਣ ਤਾਂ ਉਸ ਈਮੇਲ ID 'ਤੇ ਆਪਣੀ ਮੇਲ ਪਾ ਸਕਦੇ ਨੇ। ਸੋ ਜੀ ਲੈਸਟ, ਅਗਰ ਤੁਹਾਨੂੰ ਕੋਈ ਵੀ ਕੁਐਰੀ ਹੈ ਇਹਦੇ ਰਿਲੇਟਡ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟਸ ਕਰ ਸਕਦੇ ਹੋ, ਅਤੇ ਬਾਕੀਆਂ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਓ, ਅਤੇ ਥੈਂਕਸ ਫੋਰ ਬੀਇੰਗ ਅ ਫੈਮਿਲੀ ਆਫ 32,000 ਮੈਂਬਰਸ। ਸੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇੰਨਾ ਟਰੱਸਟ ਅਤੇ ਰਿਸਪੈਕਟ ਦਿੱਤੀ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਅਤੇ ਬਾਕੀਆਂ ਨਾਲ ਵੀ ਵੀਡੀਓ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।